गणेश महाउत्सव के उपलक्ष्य में लुधियाना के हरिंदर सिंह कुकरेजा की ओर से चॉकलेट का गणपति बनाया गया, जिसको आज गणेश महाउत्सव के पहले दिन लोगों को समर्पित किया गया। इस दौरान हरिंदर सिंह कुकरेजा ने बताया कि गणपति महाउत्सव के उपलक्ष्य में 10 दिन की कड़ी मेहनत के बाद इस चॉकलेट के गणपति को तैयार किया गया है। उन्होंने कहा कि इस चॉकलेट के गणपति को जल में नहीं बल्कि दूध में विसर्जित किया जाएगा और लोगों को प्रसाद के रूप में दिया जाएगा। उन्होंने कहा कि इसका वजन 65 किलो है। तो आज पहला दिन हैगा जी गणपति फेस्टिवल दा। पूरे इंडिया विच जब असी कुछ स्टार्ट करते हैं, असी गणपति जी की पूजा दे नाल स्टार्ट करते हैं, एंड ए बहुत स्पेशल ओकेजन है हर एक इंडियन वास्ते। तो असी इस फेस्टिवल नू चॉकलेट गणपति दे नाल बनाया हैगा, एंड 65 केजीज विच बने ने। इन्हां नू बनाने विच सानू अराउंड 10 डेज लगे ने, एंड अ टीम ऑफ 20 शेफ्स। द होल आइडिया इज टू गिव आउट अ मैसेज that we must celebrate our festivals in eco-friendly ways. ਅਸੀਂ ਵੀ ਗਣਪਤੀ ਜੀ ਦਾ ਵਿਸਰਜਨ ਕਰਾਂਗੇ, ਲੇਕਿਨ ਵਿਸਰਜਨ ਕਰਾਂਗੇ ਦੁੱਧ ਦੇ ਵਿੱਚ। ਉਹ ਦੁੱਧ ਅਤੇ ਚੋਕਲੇਟ ਦਾ ਪ੍ਰਸ਼ਾਦ ਅਸੀਂ ਗਰੀਬ ਬੱਚਿਆਂ ਨੂੰ ਆਪਣੇ ਰੈਸਟੋਰੈਂਟ ਦੇ ਬਾਹਰ ਵੰਡਾਂਗੇ। ਤਾਂ ਪਹਿਲੀ ਗੱਲ ਤਾਂ ਇਹ ਕੇਕ ਨਹੀਂ ਹੈਗੇ, ਇਹ ਚੋਕਲੇਟ ਦੇ ਇੱਕ ਸਕਲਪਚਰ ਹੈਗੇ ਨੇ, ਜਿਵੇਂ POP ਵਿੱਚ ਲੋਕ ਮਨਾਉਂਦੇ ਨੇ। ਐਂਡ ਕੁਛ ਕੋਈ ਪ੍ਰੋਬਲਮ ਨਹੀਂ ਹੈ, ਬਿਕੋਜ਼ ਦੈਟਸ ਦ ਵੇ ਕਿੰਨੇ ਸਾਲਾਂ ਤੋਂ, ਕਿੰਨੇ ਹਜ਼ਾਰਾਂ ਸਾਲਾਂ ਤੋਂ ਚੱਲ ਰਿਹਾ, ਐਂਡ ਵੀ ਰਿਸਪੈਕਟ ਦੈਟ। ਬਟ ਨਾਲ ਹੀ ਸਾਨੂੰ ਨਵੇਂ ਤਰੀਕੇ ਲੱਭਣੇ ਪੈਣਗੇ ਕਿ ਅਸੀਂ ਆਪਣੇ ਫੈਸਟੀਵਲਸ ਨੂੰ ਇਸ ਤਰੀਕੇ ਨਾਲ ਮਨਾਈਏ ਕਿ ਕਿਸੇ ਵੀ ਤਰੀਕੇ ਨਾਲ ਇਨਵਾਇਰਮੈਂਟ ਨੂੰ ਨੁਕਸਾਨ ਨਾ ਹੋਵੇ। ਐਂਡ ਜਿੱਥੇ ਤੱਕ ਗੱਲ ਹੈ ਧਾਰਮਿਕ ਭਾਵਨਾਵਾਂ ਦੀ, ਜਿੰਨਾ ਸਾਨੂੰ ਸਪੋਰਟ ਮਿਲਿਆ ਸਾਰਿਆਂ ਤੋਂ, ਐਂਡ ਇਹ ਸਾਡਾ ਫੈਸਟੀਵਲ ਹੈਗਾ ਸਾਡੇ ਇੰਡੀਅਨਸ ਦਾ, ਐਂਡ ਸਾਨੂੰ ਬਹੁਤ ਸਪੋਰਟ ਮਿਲਿਆ। ਹਰ ਬੰਦਾ ਸਾਨੂੰ ਬਹੁਤ ਅਪਰੀਸ਼ੀਏਟ ਕਰਦਾ ਹੈ। ਸਾਡੀ ਫੋਟੋਜ਼ ਵਾਇਰਲ ਹੋ ਰਹੀਆਂ ਨੇ ਵਟਸਐਪ ਦੇ ਵਿੱਚ, ਲੋਕ ਸ਼ੇਅਰ ਕਰ ਰਹੇ ਨੇ ਕਿ ਕਿਵੇਂ ਲੁਧਿਆਣਾ ਦੇ ਇੱਕ ਬੇਕਰੀ ਓਨਰਸ ਨੇ ਕਿਵੇਂ ਇਹ ਫੈਸਟੀਵਲ ਨੂੰ ਚੋਕਲੇਟ ਵਿੱਚ ਮਨਾਇਆ, ਐਂਡ ਲੋਕਾਂ ਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਇਨਵਾਇਰਮੈਂਟ ਫਰੈਂਡਲੀ ਤਰੀਕੇ ਨਾਲ ਇਸ ਫੈਸਟੀਵਲ ਨੂੰ ਮਨਾ ਸਕਦੇ ਹਾਂ। ਇਹ 65 ਕੇਜੀਸ ਦੇ ਕੇਕ ਹੈਗੇ ਨੇ, ਕੇਕ ਨਹੀਂ ਹੈਗੇ, ਚੋਕਲੇਟ ਦੇ ਸਕਲਪ 65 ਕੇਜੀਸ ਦੇ ਚੋਕਲੇਟ ਸਕਲਪਚਰ ਹੈਗੇ ਨੇ। ਐਂਡ ਇਹਨਾਂ ਨੂੰ ਬਣਾਉਣ ਵਿੱਚ ਸਾਨੂੰ 10 ਦਿਨ ਲੱਗੇ, ਤੇ ਅ ਟੀਮ ਆਫ 20 ਸ਼ੈਫਸ ਨੇ ਮਿਲ ਕੇ ਇਹਨਾਂ ਨੂੰ ਬਣਾਇਆ ਹੈਗਾ। ਲੁਧਿਆਣਾ ਸੇ ਕੁਲਬੀਰ ਰਾਹੀ ਕੀ ਰਿਪੋਰਟ। अगर आपने अभी तक हमारा चैनल सब्सक्राइब नहीं किया तो कृपया हमारा चैनल जरूर सब्सक्राइब करें, ताकि लेटेस्ट न्यूज़ पहुंचे आप तक सबसे पहले।